ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਮਿਲਿਆ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਹਟਾਉਆ ਗਿਆ ਸੀ 6 ਮਹੀਨੇ ਪਹਿਲਾਂ ਉਸ ਤੋਂ ਬਾਅਦ ਮਨੀਸ਼ਾ ਗੁਲਾਟੀ ਚੇਅਰਪਰਸਨ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਸੀ ਜਿੱਥੇ ਮਨੀਸ਼ਾ ਗੁਲਾਟੀ ਦੀ ਕਹਿ ਲੋ ਜਾਂ ਕਮਿਸ਼ਨ ਦੀ ਕਹਿ ਲੋ ਜਿੱਤ ਹੋਈ ਆ ਤੇ ਸਰਕਾਰ ਦੀ ਹਾਰ ਹੋਈ ਆ ਕਿਉਂਕਿ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈਣ ਦਾ ਫੈਸਲਾ ਕਰ ਲਿਆ ਜਿਹੜਾ ਉਹਨਾਂ ਨੇ ਮਨੀਸ਼ਾ ਗਲਾਟੀ ਚੇਅਰਪਰਸਨ ਨੂੰ ਹਟਾਉਣ ਦੀ ਗੱਲ ਕੀਤੀ ਸੀ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਰਹਿ ਚੁੱਕੇ ਨੇ ਮਨੀਸ਼ਾ ਗਲਾਟੀ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਰਵਾਜ਼ਾ ਖੜਕਾਇਆ ਸੀ ਇਸ ਦਰਿਆਨ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਮਨੀਸ਼ਾ ਗਲਾਟੀ ਜਿਹੜੇ ਚੇਅਰਪਰਸਨ ਨੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਸੰਬੰਧੀ ਜਿਹੜੇ ਆਦੇਸ਼ ਜਾਰੀ ਕੀਤੇ ਸੀ ਉਹ ਵਾਪਸ ਲੈ ਲਏ ਇਸ ਫੈਸਲੇ ਤੋਂ ਬਾਅਦ ਹੁਣ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗਲਾਟੀ ਹੀ ਰਹਿਣਗੇ ਜਦਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਹਲੇ 6 ਮਹੀਨੇ ਬਾਕੀ ਸਨ ਉਹਨਾਂ ਨੇ ਆਦੇਸ਼ ਜਾਰੀ ਕਰ ਦਿੱਤਾ ਇਹ ਸਰਕਾਰ ਨੇ ਉਹਨਾਂ ਨੂੰ ਤੁਰੰਤ ਅਹੁਦਾ ਛੱਡਣ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਰਾਜ ਸਰਕਾਰ ਦੇ ਇਸ ਫੈਸਲੇ ਨੂੰ ਮਨੀਸ਼ਾ ਗਲਾਟੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਜ ਜਿਸ ਦੀ ਹੁਣ ਇਹ ਸੁਣਵਾਈ ਹੋਈ ਆ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਮਨੀਸ਼ਾ ਗਲਾਟੀ ਦੀ ਪਟੀਸ਼ਨ ਤੇ ਅ ਬੀਤੇ ਮੰਗਲਵਾਰ ਨੂੰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਜਵਾਬ ਦੇਣ ਦੇ ਆਦੇਸ਼ ਦਿੱਤੇ ਸੀ ਸਰਕਾਰ ਦੁਆਰਾ ਜਵਾਬ ਲਈ ਸਮਾਂ ਮੰਗਿਆ ਗਿਆ ਸੀ ਤੇ ਹਾਈ ਕੋਰਟ ਨੇ ਬੁੱਧਵਾਰ ਤੱਕ ਇਹ ਜਿਹੜੀ ਸੁਣਵਾਈ ਟਾਲ ਦਿੱਤੀ ਗਈ ਸੀ ਜ਼ਿਕਰਯੋਗ ਹੈ ਕਿ ਮੈਲਾ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਆਦੇਸ਼ ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਮਨੀਸ਼ਾ ਗੜਾਟੀ ਦੇ ਜਿਹੜੀ ਅਹੁਦਾ ਸੀ ਉਹਨੂੰ ਸਰਕਾਰ ਨੇ ਜਾਰੀ ਕਰਕੇ ਜਿਹੜਾ ਉਹ ਕਾਰਜ ਕਰ ਦਿੱਤਾ ਸੀ ਕਿ ਤੁਸੀਂ ਇਸ ਸੌਦੇ ਤੇ ਬਣੇ ਨਹੀਂ ਰਹਿ ਸਕਦੇ ਹਗੇ ਹਾਲਾਂਕਿ ਮਨੀਸ਼ਾ ਘਲਾਟੀ ਦਾ ਜਿਹੜਾ ਕਾਰਜਕਾਲਾ ਉਹਦੇ ਵਿੱਚ 6 ਮਹੀਨੇ ਬਾਕੀ ਸਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਮਨੀਸ਼ਾ ਘਲਾਟੀ ਨੂੰ ਮਾਰਚ 2018 ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ ਫਿਰ 220 ਵਿੱਚ ਉਹਨਾਂ ਦੇ ਕਾਰਜਕਾਲ ਵਿੱਚ 3 ਸਾਲ ਹੋਰ ਵਾਅਦਾ ਕੀਤਾ ਗਿਆ ਔਰ ਇਸ ਤੋਂ ਬਾਅਦ ਮਨੀਸ਼ਾ ਗਲਾਟੀ 20 ਫਰਵਰੀ 2022 ਨੂੰ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ ਪਰ ਉਹਨਾਂ ਨੇ ਅਹੁਦੇ ਤੇ ਬਣੇ ਰਹੇ ਸੀ ਕਿਉਂਕਿ ਇਸ ਕਮਿਸ਼ਨ ਆ ਕਮਿਸ਼ਨ ਕੋਲ ਸਿਵਲ ਕੋਰਟ ਦੀਆਂ ਪਾਵਰਾਂ ਨੇ ਤੇ ਉਹਨਾਂ ਦਾ ਹਲੇ ਜਿਹੜਾ ਮਿਆਦ ਸੀ ਅਹੁਦੇ ਦੀ ਉਹ 6 ਮਹੀਨੇ ਬਾਕੀ ਸਨ ਮਨੀਸ਼ਾ ਗਲਾਟੀ ਨੂੰ ਸਮੇਂ ਤੋਂ ਪਹਿਲਾਂ ਅਹੁਦੇ ਤੋਂ ਫਰਾਗ ਕਰਨ ਦੇ ਮਸਲੇ ਦੇ ਵਿੱਚ ਵਿਭਾਗ ਨੇ ਦੇਸ਼ ਜਾਰੀ ਕੀਤੇ ਗਏ ਸੀ ਜਿਹਦੇ 'ਚ ਉਹਨਾਂ ਕਹਿਆ ਸੀ ਪੰਜਾਬ ਰਾਜ ਮੈਲਾ ਅਯੋਗ ਜਿਹੜਾ ਐਕਟ 2000 ਅੱਗੇ ਨੇ ਉਹਦੇ 'ਚ ਮੌਜੂਦਾ ਚੇਅਰਪਰਸਨ ਜਾਂ ਮੈਂਬਰਾਂ ਦੇ ਸੇਵਾ ਵਿੱਚ ਵਾਧਾ ਕਰਨ ਦਾ ਕੋਈ ਵੀ ਇਹੋ ਜਿਹਾ ਉਪਬੰਧ ਨਹੀਂ ਹੈ ਚੇਅਰਪਰਸਨ ਅਤੇ ਜਿਹੜੇ ਮੈਂਬਰ ਨੇ ਉਹਨਾਂ ਦਾ ਕਾਰਜਕਾਲ 3 ਸਾਲ ਲਈ ਹੀ ਹੁੰਦਾ ਹੈ ਨਿਯਮਾਂ ਦੇ ਤਹਿਤ ਜਦ ਵੀ ਚੇਅਰਪਰਸਨ ਜਾਂ ਬਾਕੀ ਜਿਹੜੇ ਮੈਂਬਰ ਨੇ ਜਦੋਂ ਉਹਨਾਂ ਦੇ 3 ਸਾਲ ਪੂਰੇ ਹੋ ਜਾਂਦੇ ਤੇ ਉਹ ਅਹੁਦੇ ਭਰਨੇ ਹੁੰਦੇ ਨੇ ਇਸ ਸਬੰਧ ਵਿੱਚ ਅਖਬਾਰਾਂ ਦੇ ਵਿੱਚ ਇਸ ਤਰ੍ਹਾਂ ਵੀ ਦੇਣਾ ਹੁੰਦਾ ਹੈ ਅਜਿਹੇ ਮਹੱਤਵਪੂਰਨ ਅਹੁਦੇ ਤੇ ਕੋਈ ਵੀ ਵਿਅਕਤੀ ਉਚਿਤ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾ ਨਿਯੁਕਤ ਨਹੀਂ ਕੀਤਾ ਜਾ ਸਕਦਾ ਪੰਜਾਬ ਸਰਕਾਰ ਦੁਆਰਾ ਚੇਅਰਪਰਸਨ ਜਿਹੜੇ ਨੇ ਉਹਨਾਂ ਦੇ ਜਿਹੜਾ ਨਿਰਧਾਰਤ ਕਰਨੇ ਜਿਹੜੇ 2012 ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਉਹਦਾ ਹਵਾਲਾ ਦਿੱਤਾ ਗਿਆ ਸੀ ਇਹਦੇ ਚ ਦੱਸਿਆ ਗਿਆ ਸੀ ਕਿ ਚੇਅਰਪਰਸਨ ਦੀ ਜਿਹੜੀ ਨਿਯੁਕਤੀ ਲਈ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਦੀ ਅਗਵਾਈ ਚ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨਾ ਹੁੰਦਾ ਪਰ ਕਿਉਂਕਿ ਇਹਨਾਂ ਦੀ ਐਕਸਟੈਂਸ਼ਨ ਹੋ ਗਈ ਸੀ ਹਾਲੇ 6 ਮਹੀਨੇ ਬਾਕੀ ਸੀ ਲੇਕਿਨ ਸਰਕਾਰ ਨੇ ਇਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਆਰਡਰ ਜਾਰੀ ਕਰ ਦਿੱਤੇ ਗਏ ਇਸ ਤੋਂ ਬਾਅਦ ਮਨੀਸ਼ਾ ਗਲਾਟੀ ਜਿਹੜੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਔਰ ਉਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਹੁੰਦਾ ਕਿ ਜਵਾਬ ਦਿੱਤਾ ਜਾਵੇ ਔਰ ਉਸ ਜਵਾਬ ਦੇ ਵਿੱਚ ਫਿਰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਮਨੀਸ਼ਾ ਗੁਲਾਟੀ ਚੇਅਰਪਰਸਨ ਨੂੰ ਹਟਾਉਣ ਬਾਰੇ ਉਹ ਸਰਕਾਰ ਨੇ ਫੈਸਲਾ ਤੇ ਆਰਡਰ ਵਾਪਸ ਲੈ ਲੈਣੇ ਤੇ ਜਿਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਸਰਕਾਰ ਨੂੰ ਲੱਗ ਗਿਆ ਹੋਊਗਾ ਕਿ ਉਹਨਾਂ ਕੋਲ ਗਲਤੀ ਹੋਈ ਹੈ ਤੇ ਇਸ ਕਰਕੇ 6 ਮਹੀਨੇ ਆ 6 ਮਹੀਨੇ ਤੇ ਮਨੀਸ਼ਾ ਗੁਲਾਟੀ ਚੇਅਰਪਰਸਨ ਰਹਿ ਵੀ ਜਾਣ ਤੇ ਸਰਕਾਰ ਤੇ ਕੋਈ ਅਸਰ ਨਹੀਂ ਪਏਗਾ ਲੇਕਿਨ ਕੁੱਲ ਮਿਲਾ ਕੇ ਜਿਵੇਂ ਸਰਕਾਰ ਨੇ ਕਾਲੀ ਦੇ ਨਾਲ ਫੈਸਲਾ ਹਟਾਉਣ ਵਾਸਤੇ ਲਿਆ ਗਿਆ ਸੀ ਇਵੇਂ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਆਪਣੇ ਜਿਹੜੀ ਪਾਰਟੀ ਦੀ ਕੋਈ ਲੀਡਰ ਆ ਉਹਨਾਂ ਨੂੰ ਇੱਥੇ ਐਡਜਸਟ ਕਰਨਾ ਚਾਹੁੰਦੀ ਆ ਇਸ ਕਰਕੇ ਮਨੀਸ਼ਾ ਗੁਲਾਟੀ ਨੂੰ ਆਰਡਰ ਪਾਸ ਕਰਕੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੇ ਯਤਨ ਕੀਤੇ ਗਏ ਸੀ ਜਿਸ ਤੋਂ ਬਾਅਦ ਮਨੀਸ਼ਾ ਗੁਲਾਟੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਜਿੱਥੇ ਮਨੀਸ਼ਾ ਗੁਲਾਟੀ ਦੀ ਜੇ ਤੋ ਇਹ ਸਰਕਾਰ ਦੀ ਹਾਰ ਕਹਿ ਸਕਦੇ ਆਗੇ ਕਿ ਉਹਨਾਂ ਨੂੰ ਆਪਣਾ ਜਿਹੜਾ ਆਰਡਰ ਸੀ ਉਹ ਵਾਪਸ ਲੈਣਾ ਪਿਆ